ਲਓ ਜੀ, ਆਪ MLA ਦੀ ਪੰਚਾਇਤੀ ਚੋਣਾਂ ਤੋਂ ਪਹਿਲਾਂ ਇੱਕ ਅਜਿਹੀ ਵੀਡੀਓ ਵਾਇਰਲ ਹੋ ਗਈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਸ਼ਰਮਸਾਰ ਹੋ ਗਈ। ਦੇਖੋ ਕਿੱਦਾਂ ਸ਼ਰੇਆਮ ਹੀ ਆਮ ਆਦਮੀ ਪਾਰਟੀ ਦਾ MLA ਅਜਿਹੀ ਹਰਕਤ ਕਰ ਰਿਹਾ। ਜੇਕਰ ਵੀਡੀਓ ਨਾ ਬਣਦੀ ਤਾਂ ਤੁਹਾਨੂੰ ਯਕੀਨ ਕਰਨਾ ਔਖਾ ਹੋ ਜਾਣਾ ਸੀ। ਫਰੀਦਕੋਟ ਦੇ ਹਲਕਾ ਜੈਤੋਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਦੀ ਧਮਕੀ ਦਿੰਦੇ ਹੋਏ ਇੱਕ ਪਿੰਡ ਦੇ ਸਰਪੰਚ ਨੂੰ ਸਿੱਧੇ ਤੌਰ 'ਤੇ ਚੁਣਨ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ। ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਸੀਂ ਉਮੀਦਵਾਰ ਖੜ੍ਹਾ ਨਹੀਂ ਕਰਨਾ, ਅਸੀਂ ਸਿਰਫ ਸਰਪੰਚ ਬਣਾਉਣਾ ਹੈ ਬਸ, ਅਤੇ ਬਾਕੀ ਹੁਣ ਕੁਝ ਕਹਿ ਕੇ ਦਿਖਾਓ ਤੁਹਾਨੂੰ ਬੰਦੇ ਬਣਾਵਾਂਗੇ। ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਕੁਝ ਹੋਇਆ, ਸ਼ਾਇਦ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਬਾ ਤੋਂ ਪੜ ਪੜ ਕੇ ਬਾਹਰ ਕੱਢਦੇ ਰਹੇ ਆ ਪੰਚਾਇਤੀ ਚੋਣਾਂ ਵੇਲੇ, ਤੇ ਮੈਂ ਉਹਨਾਂ ਨੂੰ ਇੱਥੋਂ ਹੀ ਕਹਿੰਦਾ ਵੀ ਜੇ ਐ ਕਿ ਮਗਾ ਦਾ ਹੱਥ ਵੀ ਲਾ ਕੇ ਵਿਖਾਏ ਕੋਈ ਸਾਡੇ ਕੈਂਡੀਡੇਟ ਐਲਾਨ ਨੀ ਕਰਨਾ, ਅਸੀਂ ਸਰਪੰਚ ਹੀ ਐਲਾਨ ਕਰਨਾ ਹੈ, ਸਾਡਾ ਸਰਪੰਚ ਹੈ ਤੇ ਸਰਪੰਚ ਬਣੂਗਾ। ਤੁਹਾਨੂੰ ਵੀ ਮੈਂ ਸਾਰੇ ਜਣਿਆਂ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਂਝ ਬਣਾ ਕੇ ਰੱਖੀਏ, ਪਰ ਜੇ ਕੋਈ ਬੰਦਾ ਨੀ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ। ਜਿਹੜਾ ਬੰਦਾ ਨਹੀਂ ਬਣਦਾ, ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਂਝ ਖਰਾਬ ਕਰਦੇ ਆ, ਜੇ ਮਤਲਬ ਐਤਕੀ ਕਰਕੇ ਵਿਖਾਇਓ ਫਿਰ ਭੁੱਖੇ ਕਰ, ਅਸੀਂ ਬਣਾਵਾਂਗੇ ਬੰਦੇ ਕਿਵੇਂ ਬਣਾਏ, ਕਿਉਂਕਿ ਸਾਡਾ ਚੇਅਰਮੈਨ ਆ ਸੁਖਜੀਤ ਆਪ ਘਰ ਦਾ ਮੁੰਡਾ, ਸਾਡੀ ਟੀਮ ਸਾਰੇ ਨੌਜਵਾਨ ਮੁੰਡੇ ਸ਼ਰੀਫ ਆ, ਇਹਨਾਂ ਦੀ ਸ਼ਰੀਫੀ ਦਾ ਫਾਇਦਾ ਚੱਕਦੇ ਆ, ਇਹਨਾਂ ਨੂੰ ਆਇਆ ਵੀ ਇਹ ਕਿਹੜਾ ਕੁਛ ਕਰਦੇ ਆ ਜਾਂ ਕਹਿੰਦੇ ਆ, ਇਹ ਆਮ ਘਰਾਂ ਦੇ ਧੀ ਆ ਪੁੱਤਾਂ ਨੂੰ ਦੱਸਦੇ ਸੀ ਕਿ ਇਹ ਕਦੋਂ ਮੂਹਰੇ ਆ ਜਾਣੇ, ਇਹ ਕਦੋਂ ਕੁਛ ਬਣ ਜਾਣਾ। ਐਤਕੀ ਸਰਪੰਚੀ ਚੋਣਾਂ ਦਾ ਕੁਝ ਵੱਖਰਾ ਹੀ ਅੰਦਾਜ਼ ਸਾਹਮਣੇ ਆ ਰਿਹਾ, ਜਿੱਥੇ ਸਰਬਸੰਮਤੀ ਦੇ ਨਾਲ ਕਈ ਪਿੰਡਾਂ ਦੇ ਵਿੱਚ ਪੰਚਾਇਤ ਚੁਣੀ ਗਈ ਹੈ, ਉੱਥੇ ਕਈ ਪਿੰਡਾਂ ਦੇ ਵਿੱਚ ਸਰਪੰਚ ਦੀ ਬੋਲੀ ਤੱਕ ਲੱਗੀ ਹੈ, ਪਰ ਆਹ ਤਾਂ ਹੱਦ ਹੀ ਹੋ ਗਈ ਕਿ ਹੁਣ ਸਰਪੰਚ ਦੀ ਚੋਣ ਨੂੰ ਲੈ ਕੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਹਕੀਕਤ TV ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ।